ਅਗਲੀ ਗੱਲ ਪਰ ਦੋਸਤੋ ਆਪਾਂ ਕਰਨੀ ਹੈ ਜਿਹੜੀ ਡਿਸਮੈਂਟਲ ਕੀਤੇ ਜਾ ਰਹੇ ਆ ਹੋਮ ਹੋਮਲੈਸ ਜਿਹੜੀ ਇਨ ਕੈਂਪਮੈਂਟ ਆ ਇੱਥੇ ਆਪਣੇ ਬੈਂਕੂਵਰ ਦੇ ਵਿੱਚ ਦੇਸ਼ ਦਾ ਇੱਕ ਸਭ ਤੋਂ ਗਰੀਬ ਇਲਾਕਾ ਕਹਿ ਸਕਦੇ ਹਾਲਾਂਕਿ ਦੇਸ਼ ਦਾ ਕੈਨੇਡਾ ਦਾ ਸਭ ਤੋਂ ਸੋਹਣਾ ਸੂਬਾ ਬ੍ਰਿਟਿਸ਼ ਕੋਲੰਬੀਆ ਤੋਂ ਬ੍ਰਿਟਿਸ਼ ਕੋਲੰਬੀਆ ਦਾ ਸਭ ਤੋਂ ਸੋਹਣਾ ਸ਼ਹਿਰ ਬੈਂਕੂਵਰ ਤੇ ਪਰ ਬੈਂਕੂਵਰ ਦੇ ਵਿੱਚ ਇੱਕ ਸਭ ਤੋਂ ਗਰੀਬ ਇਲਾਕਾ ਜਿਹਦੇ ਵਿੱਚ ਆ ਲੋਕ ਬੈਠੇ ਆ ਇਸ ਵੇਲੇ ਬਾਹਰ ਟੈਂਟ ਲਾ ਕੇ ਔਰ ਬੜੇ ਲੰਬੇ ਸਮੇਂ ਤੋਂ ਇੱਕ ਤਰੀਕੇ ਦੇ ਨਾਲ ਬੜਾ ਇਹ ਆ ਦਾਗ ਵਾਲੀ ਗੱਲ ਆ ਇਹਨੂੰ ਬਹੁਤ ਸਾਰੇ ਰਾਜਨੀਤਿਕ ਜਿਹੜੇ ਨੇਤਾ ਆ ਪੋਲਿਟਿਸ਼ੀਅਨਸ ਨੇ ਚੱਕਣ ਦੀ ਕੋਸ਼ਿਸ਼ ਕੀਤੀ ਇਹਨੇ ਸੋਹਣੇ ਸ਼ਹਿਰ ਦੇ ਵਿੱਚ ਬੇ ਘਰੇ ਕਿਉਂ ਆ ਕਿੱਡੀ ਕ ਗੱਲ ਆ ਸਰਕਾਰ ਦੇ ਲਈ 5-700 ਬੰਦੇ ਨੂੰ ਚੱਕ ਕੇ ਕਿਸੇ ਪਾਸੇ ਲੈ ਕੇ ਜਾਣਾ ਤੇ ਉਹਨਾਂ ਦਾ ਇਲਾਜ ਕਰਨਾ ਪਰ ਹੋ ਨਹੀਂ ਰਿਹਾ ਬੜੇ ਲੰਬੇ ਸਮੇਂ ਤੋਂ ਇੱਥੇ ਇਹ ਸਾਰਾ ਕੋਸ਼ਿਸ਼ ਇਸੇ ਤਰੀਕੇ ਦੇ ਨਾਲ ਚੱਲ ਰਿਹਾ ਹੈ ਹੁਣ ਇੱਕ ਓਪਨ ਲੈਟਰ ਲਿਖਿਆ ਕੁਝ ਕੁਝ ਜਿਹੜੇ ਪੜ੍ਹੇ ਲਿਖੇ ਲੋਕਾਂ ਨੇ ਅਕਾਡੈਮਿਕਸ ਨੇ ਜਿਹੜੇ ਉਹਨਾਂ ਨੇ ਵੈਨਕੂਵਰ ਦੀ ਇਸ ਇਨਕੈਂਪਮੈਂਟ ਐਵਿਕਸ਼ਨ ਦੇ ਵਿਰੋਧ ਦੇ ਵਿੱਚ ਪੁਲਿਸ ਨੇ ਸਿਟੀ ਨੇ ਕਿਹਾ ਵੀ ੱੱਕੇ ਨਾਲ ਚੱਕ ਜੋ ਇਹਨਾਂ ਨੂੰ ਇਥੋਂ ਜਿੱਥੇ ਵੀ ਹੈਗੇ ਵੀ ਨਹੀਂ ਸੜਕ ਦੇ ਉੱਤੇ ਨਹੀਂ ਬੈਠ ਸਕਦੇ ਤੁਸੀਂ ਨਹੀਂ ਬੈਠ ਸਕਦੇ ਐਵੇਂ ਟੈਂਟ ਲਾ ਕੇ ਬੈਠੇ ਇਹਨਾਂ ਨੂੰ ਚੱਕ ਦਿਓ ਉੱਥੇ ਕੱਲ ਨੂੰ ਕੋਈ ਫਾਇਰ ਦੀ ਪ੍ਰੋਬਲਮ ਆ ਜਾਂਦੀ ਹੈ ਪਿੱਛੇ ਜਿਹੜੀਆਂ ਬਿਲਡਿੰਗਾਂ ਹਨ ਉਹ ਚ ਐਂਟਰ ਹੋਣਾ ਹੀ ਬਹੁਤ ਮੁਸ਼ਕਲ ਆ ਬਚਾਅ ਦਾ ਸਾਧਨ ਹੀ ਕੋਈ ਨਹੀਂ ਮੋਰੇ ਤੁਸੀਂ ਇਲੀਗਲ ਤੌਰ ਦੇ ਉੱਤੇ ਕੈਂਪ ਇਹ ਟੈਂਟ ਲਾ ਕੇ ਬੈਠੇ ਆ ਪਰ 700 ਦੇ ਕਰੀਬ ਇਹ ਜਿਹੜੇ ਲੋਕ ਨੇ ਇਹਨਾਂ ਨੇ ਇੱਕ ਓਪਨ ਲੈਟਰ ਲਿਖੀ ਆ ਇਹਦੇ ਖਿਲਾਫ ਵੀ ਤੁਸੀਂ ਇਦਾਂ ਨਹੀਂ ਕਰ ਸਕਦੇ ਜਿਹੜੀ ਈਸਟ ਹੇਸਟਿੰਗ ਸਟਰੀਟ ਆ ਉਹਦੇ ਉੱਤੇ ਜਿਹੜੇ ਟੈਂਟ ਲੱਗੇ ਆ ਉਹਨਾਂ ਨੂੰ ਇਸ ਤਰ੍ਹਾਂ ਨਹੀਂ ਚੱਕ ਸਕਦੇ ਆ ਲੈਟਰ ਜਿਹੜੀ ਐਡਰੈਸ ਕੀਤੀ ਗਈ ਆ 25 BC ਦੇ ਪੋਲੀਟਿਸ਼ੀਅਨਸ ਨੂੰ ਜਿਨ੍ਹਾਂ ਦੇ ਵਿੱਚ ਪ੍ਰੀਮੀਅਰ ਹਾਊਸਿੰਗ ਪ੍ਰੀਮੀਅਰ ਵੀ ਹੈ ਸਾਡੇ ਹਾਊਸਿੰਗ ਮਿਨਿਸਟਰ ਵੀ ਹੈ ਹੈਲਥ ਮਿਨਿਸਟਰ ਵੀ ਹੈ ਵੈਨਕੂਵਰ ਦਾ ਮੇਅਰ ਵੀ ਹੈ ਸਾਰੀ ਸਿਟੀ ਦੀ ਕਾਉਂਸਲ ਵੀ ਹੈ ਤੇ ਕੈਨੇਡੀਅਨ ਯੂਨੀਅਨ ਆਫ ਪਬਲਿਕ এমਪਲੋਇਸ CUPE ਉਹਨਾਂ ਨੂੰ ਵੀ ਆ ਲੋਕਲ 114 ਹੁਣ ਉਹ ਕਹਿੰਦੇ ਵੀ ਅਸੀਂ ਸ਼ਰਯਾਮ ਵਿਰੋਧ ਕਰਦੇ ਆ ਇਹ ਗੈਰ ਮਨੁੱਖੀ ਵਰਤਾਰਾ ਆ ਕਿ ਜਬਰਦਸਤੀ ਉਹਨਾਂ ਨੂੰ ਉੱਥੋਂ ਡਿਸਪਲੇਸ ਕਰਨਾ ਸਿਟੀ ਆਫ ਵੈਨਕੂਵਰ ਦੁਆਰਾ ਜੋ ਕੁਛ ਉਹਨਾਂ ਨੇ ਜਿਹੜੀ ਇੱਥੇ ਡਾਊਨਟਾਊਨ ਈਸਟ ਸਾਈਡ ਦੇ ਵਿੱਚ ਜੋ ਕੁਛ ਕੀਤਾ ਆ ਇਹ ਬਹੁਤ ਗਲਤ ਆ ਪੁਲਿਸ ਉਹਨਾਂ ਦੇ ਨਾਲ ਸੀ ਹੁਣ ਇਹ ਨਹੀਂ ਸਮਝ ਆਉਂਦੀ ਵੀ ਇੱਕ ਪਾਸੇ ਤਾਂ ਲੋਕ ਕਹਿੰਦੇ ਇਹਨਾਂ ਨੂੰ ਹਟਾਇਆ ਜਾਣਾ ਚਾਹੀਦਾ ਦੂਜੇ ਪਾਸੇ ਜਿੰਨੇ ਪੜੇ ਲਿਖੇ ਲੋਕ ਆ ਉਹ ਕਹਿੰਦੇ ਵੀ ਇਹ ਤਰੀਕਾ ਗਲਤ ਆ ਹੁਣ ਇਹਨੂੰ ਡਿਸਮੈਂਟਲ ਕਰਨਾ ਇਸ ਕੈਂਪਮੈਂਟ ਨੂੰ ਇਹ ਅ ਪਰਸੋਂ ਸ਼ੁਰੂ ਹੋਇਆ ਸੀ ਸਿਟੀ ਸਟਾਫ ਨੇ ਇਸ ਵਾਲੇ ਪਾਸੇ ਈਸਟ ਏਸਟਿੰਗ ਵਾਲੇ ਪਾਸਿਓਂ ਮੂਵ ਕੀਤਾ ਦੂਜੇ ਪਾਸੇ ਕਈ ਦਰਜਣਾ ਪੁਲਿਸ ਵਾਲੇ ਉਹਨਾਂ ਦੇ ਨਾਲ ਸੀ। ਇਸ ਵੇਲੇ ਲਗਭਗ ਉੱਥੇ 80 ਟੈਂਟ ਸਟਰਕਚਰ ਸੀਗੇ 80 ਤੇ ਜਿਹੜੇ ਕਿ ਪਿਛਲੇ ਸਮਰ ਦੇ ਵਿੱਚ 180 ਸੀ। ਹੁਣ 180 ਤੋਂ ਘਟ ਕੇ 80 ਤੱਕ ਆ ਗਏ। ਤੇ ਜਿਹੜੇ ਫਾਰ ਚੀਫ ਆ ਉਹਨਾਂ ਨੇ ਜਿਹੜੇ ਆਰਡਰ ਇਸ਼ੂ ਕੀਤਾ ਸੀ ਉਹਨਾਂ ਨੂੰ ਰਿਮੂਵ ਕਰਨ ਦਾ। ਇੱਕ ਪ੍ਰੈਸ ਕਾਨਫਰੰਸ ਕੀਤੀ ਉਹਨਾਂ ਨੇ ਬਾਅਦ ਦੇ ਵਿੱਚ ਉਹਦੇ ਵਿੱਚ ਦੱਸਿਆ ਜਿਹੜੇ ਵੈਨਕੂਵਰ ਦੇ ਟੌਪ ਅਫੀਸ਼ੀਅਲਸ ਨੇ ਉਹਨਾਂ ਨੇ ਇਸ ਗੱਲ ਦੇਤੇ ਆਰਗੂ ਕੀਤਾ ਕਿ ਇਹਨੂੰ ਸੇਫਟੀ ਕੰਸਰਨ ਨੂੰ ਲੈ ਕੇ ਫਾਇਰ ਹੈਜ਼ਰਡ ਨੂੰ ਲੈ ਕੇ ਇੱਥੋਂ ਜ਼ਰੂਰੀ ਸੀ ਇਹਨਾਂ ਸਾਰਿਆਂ ਨੂੰ ਇੱਥੋਂ ਹਟਾਇਆ ਜਾਣਾ ਪਰ ਹੁਣ ਇਹ ਲੋਕ ਕਹਿ ਕਿ ਰਹੇ ਆ ਜਿਹੜੇ ਇਸ ਗੱਲ ਦਾ ਵਿਰੋਧ ਕਰ ਰਹੇ ਆ ਉਹ ਕਹਿੰਦੇ ਵੀ ਇਹ ਬਹੁਤ ਜਿਹੜਾ ਨਾ ਇਹਨਾਂ ਦਾ ਪਹਿਲਾਂ ਹੀ ਮੂਵ ਬਾਰੇ ਪਤਾ ਲੱਗ ਗਿਆ ਸੀ ਐਂਟੀਸੀਪੇਟ ਹੋ ਗਿਆ ਸੀ ਸਿਟੀ ਦੇ ਜਿਹੜੇ ਇੰਟਰਨਲ ਡਾਕੂਮੈਂਟ ਹਨਾ ਲੀਕ ਹੋ ਗਏ ਸੀ ਵੈਨਕੂਵਰ ਏਰੀਆ ਨੈਟਵਰਕ ਦੇ ਵਿੱਚ ਜਿਹੜੇ ਡਰੱਗ ਯੂਜ਼ਰ ਆਫ ਡਰੱਗ ਯੂਜ਼ਰਸ ਨੇ ਕਿ ਉਹ ਟੈਂਟ ਸਿਟੀ ਨੂੰ ਕੁਛ ਨਾ ਕੁਛ ਕਰਨਗੇ ਤੇ ਇਹਨੂੰ ਮਤਲਬ ਚੱਕ ਦੇਣਗੇ ਇੱਥੋਂ ਹੁਣ ਇਦੇ ਤੋਂ ਬਾਅਦ ਇਹ ਕਿਹਾ ਗਿਆ ਵੀ ਇਹ ਦੇ ਵਿੱਚ ਵੀ ਇਹ ਸਟਰੈਟਜੀ ਠੀਕ ਨਹੀਂ ਹੈ ਤੁਹਾਡੀ ਜਿਹੜਾ ਟੈਂਟ ਸਿਟੀ ਆ ਇਹ ਇਹਦੇ ਲਈ ਕੋਈ ਨਾ ਕੋਈ ਸਟਰੈਟਜੀ ਹੋਣੀ ਚਾਹੀਦੀ ਆ ਕਿ ਤੁਹਾਨੂੰ ਕੌਜ਼ ਆਫ ਦਾ ਪ੍ਰੋਬਲਮ ਲੱਭਣਾ ਚਾਹੀਦਾ ਤੁਸੀਂ 180 ਨੂੰ ਚੱਕ ਦੋਗੇ ਇੱਥੋਂ 80 ਟੈਂਟ ਵਾਲੇ ਚੱਕ ਦੋਗੇ ਕੱਲ ਨੂੰ ਹੋਰ ਆ ਜਣਗੇ ਫਿਰ ਕੀ ਕਰੋਗੇ ਕੌਜ਼ ਆਫ ਦਾ ਪ੍ਰੋਬਲਮ ਜਿਹੜਾ ਆ ਉਹਨੂੰ ਲੱਭਣਾ ਚਾਹੀਦਾ ਉਹ ਇਹ ਆ ਕਿ ਤੁਸੀਂ ਅਸਲੀਅਤ ਨੂੰ ਅੱਖੋਂ ਪਰੋਖੋਂ ਕਰ ਰਹੇ ਆ ਅਸਲ ਪ੍ਰੋਬਲਮ ਜਿਹੜੀ ਸਿਸਟੈਮਿਕ ਪਾਲਿਸੀ ਫੇਲਰ ਆ ਤੁਹਾਡਾ ਸਾਰਿਆਂ ਦਾ ਉਹ ਸਾਰੇ ਦਾ ਇੰਪੈਕਟ ਇਹ ਪੈ ਰਿਹਾ ਕਿ ਕੈਨੇਡਾ ਵਰਗੇ ਮੁਲਕ ਦੇ ਵਿੱਚ ਵੀ ਲੋਕ ਸੜਕਾਂ ਦੇ ਉੱਤੇ ਸੌਣ ਲਈ ਮਜਬੂਰ ਨੇ ਡਾਊਨਟਾਊਨ ਈਸਾਈਡ ਦੇ ਉੱਤੇ ਸਮੱਸਿਆ ਇਹ ਨਹੀਂ ਆ ਜਿਹੜੇ ਇਹਨਾਂ ਨੇ ਲੈਟਰ ਲਿਖ ਕੇ ਕਿਹਾ ਵੀ ਤੁਸੀਂ ਇਹਨਾਂ ਲੋਕਾਂ ਨੂੰ ਇੱਥੋਂ ਹਟਾਓ ਜਾਂ ਚੱਕ ਕੇ ਕਿਤੇ ਹੋਰ ਲੈ ਜਾਓ ਤੁਹਾਨੂੰ ਕਰਨਾ ਇਹ ਚਾਹੀਦਾ ਕਿ ਉਹ ਰੂਟ ਕੌਜ਼ ਲੱਭੋ ਕਿ ਇਹ ਪ੍ਰੋਬਲਮ ਪੈਦਾ ਕਿਉਂ ਹੋਈ ਹੈ ਤੇ ਉਹਨੂੰ ਹਟਾ ਦਿਓ ਲੋਕ ਸੜਕਾਂ ਦੇ ਉੱਤੇ ਉਹਨੋਂ हट ਜਾਣਗੇ ਟੈਂਟ ਰਿਮੂਵ ਕਰਨ ਦੀ ਥਾਂ ਦੇ ਉੱਤੋਂ ਇਹ ਜਿਹੜੇ ਅਕਾਡੈਮਿਕਸ ਨੇ ਇਹ ਇਹ ਕਹਿ ਰਿਆ ਮੇਅਰ ਨੂੰ ਕਾਉਂਸਲ ਯੂਨੀਵਰਸਿਟੀ ਸਟਾਫ ਨੂੰ ਕਿ ਤੁਸੀਂ ਇਹ ਨੂੰ ਕਿਸੇ ਨਾ ਕਿਸੇ ਤਰ੍ਹਾਂ ਜਿਹੜੀ ਅਫੋਰਡੇਬਿਲਟੀ ਆ ਉਹਨੂੰ ਡਿਗਨੀਫਾਈਡ ਤਰੀਕੇ ਦੇ ਨਾਲ ਇੱਥੇ ਪਰਮਾਨੈਂਟ ਹਾਊਸਿੰਗ ਇਹਨਾਂ ਦੇ ਲਈ ਉੱਥੇ ਪ੍ਰਬੰਧ ਕਰੋ ਤੇ ਇਹਨਾਂ ਦੀਆਂ ਪ੍ਰੋਬਲਮਸ ਨੂੰ ਹੱਲ ਕਰੋ ਸੋ ਹੁਣ ਇਹ ਲੈਟਰ ਉਹਨਾਂ ਨੇ ਪਾਈ ਆ ਦੇਖੋ ਇਹਦੇ ਨਾਲ ਕੀ ਹੁੰਦਾ ਤੇ ਕੋਈ ਅਸਰ ਪੈਂਦਾ ਪਰ ਇਹ ਹੈਗਾ ਉਹ ਕਹਿੰਦੇ ਜਿਹੜੇ ਹਿਊਮਨ ਰਾਈਟਸ ਆ ਉਹਨਾਂ ਨੂੰ ਦੇਖ ਕੇ ਤੁਹਾਨੂੰ ਕੁਝ ਨਾ ਕੁਝ ਚੰਗਾ ਕਰਨਾ ਚਾਹੀਦਾ ਹੋਮਲੈਸ ਬਹੁਤ ਵੱਡੀ ਪ੍ਰੋਬਲਮ ਆ ਕੱਲੇ ਵੈਨਕੂਵਰ ਇਸਾਈਡ ਦੇ ਉੱਤੇ ਨਹੀਂ ਪੂਰੇ ਕੈਨੇਡਾ ਦੇ ਵਿੱਚ ਇੱਕ ਵੱਡੀ ਪ੍ਰੋਬਲਮ ਆ 180 ਟੈਂਟ ਇੱਥੇ ਸਟਰੀਟ ਦੇ ਉੱਤੇ ਈਸਟ ਵੈਨਕੂਵਰ ਦੇ ਉੱਤੇ ਡਿਸਮੈਂਟਲ ਕੀਤੇ ਸਿਗੇ ਸਿਟੀ ਵਰਕਰਸ ਨੇ ਤੇ ਬਹੁਤ ਵੱਡੇ ਪੁਲਿਸ ਪ੍ਰੈਸ਼ਰ ਦੇ ਨਾਲ ਉਹਦੇ ਤੋਂ ਬਾਅਦ ਵੈਨਕੂਵਰ ਦੇ ਵਿੱਚ ਇੱਕ ਮਤਲਬ ਆਮ ਤੌਰ ਤੇ ਕੋਸ਼ਿਸ਼ ਹੁੰਦੀ ਵੀ ਟੂਰਿਜ਼ਮ ਦੇ ਵਿੱਚ ਇਹ ਤਸਵੀਰਾਂ ਸਾਹਮਣੇ ਨਾ ਆਉਣ ਇਦਾਂ ਦਾ ਕੁਝ ਵੀ ਨਾ ਦੇ ਸੇ ਪਰ ਤੁਸੀਂ ਉਹਨੂੰ ਅਵੋਇਡ ਨਹੀਂ ਕਰ ਸਕਦੇ ਸੋ ਸਿੱਧਾ ਸਿੱਧਾ ਸਵਾਲ ਆ ਕਿ ਘੱਟੋ ਘੱਟ ਇਹਦਾ ਕੋਈ ਨਾ ਕੋਈ ਪੱਕਾ ਹੱਲ ਕੀਤਾ ਜਾਣਾ ਚਾਹੀਦਾ ਤੇ ਜਿਹੜਾ ਇਹ ਇਸ਼ੂ ਆ ਇਹ ਬੜਾ ਕੰਪਲੈਕਸ ਆ ਇਹਦੀਆਂ ਕਈ ਲੇਅਰਸ ਨੇ ਕਿ ਸੋਚਣ ਵਾਲਾ ਬੰਦਾ ਤੇ ਸੁਧਾਰ ਰੂਪ ਦੇ ਵਿੱਚ ਇਹ ਵੀ ਕਹਿ ਸਕਦਾ ਵੀ ਜੇ ਇੱਥੇ 17-18 ਡਾਲਰ ਘੰਟੇ ਦੇ ਕਮਾ ਕੇ ਕੋਈ ਥੋੜਾ ਜਿਹਾ ਵੀ ਕੰਮ ਕਰ ਲਵੇ ਤਾਂ ਰੋਟੀ ਪਾਣੀ ਦਾ ਜਿਗਾਰਡ ਕਰ ਸਕਦਾ ਵੀ ਇਹ ਕਿਉਂ ਰਹਿ ਰਹੇ ਆ ਪਰ ਫੇਰ ਵੀ ਕੈਨੇਡਾ ਦੇ ਵਿੱਚ ਪੂਰੇ ਕੈਨੇਡਾ ਦੇ ਵਿੱਚ ਹੀ ਇਹ ਸਮੱਸਿਆ ਆ 235000 ਦੇ ਨੇੜੇ ਤੇੜੇ ਹੋਮਲੈਸ ਨੇ ਕੈਨੇਡਾ ਦੇ ਵਿੱਚ ਤੇ ਨੰਬਰ ਜਿਹੜਾ ਲਗਾਤਾਰ ਵੱਧਦਾ ਜਾ ਰਿਹਾ ਇਹਦਾ ਰੂਟ ਕੌਜ਼ ਬਹੁਤ ਗਰੀਬੀ ਐ ਡੋਮੈਸਟਿਕ ਵਾਇਲੈਂਸ ਆ ਲੈਕ ਆਫ এমਪਲॉयਮੈਂਟ ਆ ਇਥੇ ਜਿਹੜਾ ਕੈਨੇਡਾ ਦੇ ਵਿੱਚ ਇੱਕ ਮਤਲਬ ਬੂਮਿੰਗ ਐਪੀਡੈਮਿਕ ਬਣ ਰਹੀ ਐ ਮਹਾਮਾਰੀ ਬਣ ਰਹੀ ਐ ਸੜਕਾਂ ਦੇ ਉੱਤੇ ਇੰਨੇ ਤੁਸੀਂ ਡਾਊਨਟਾਊਨ ਦੇ ਵਿੱਚ ਚਾਹੇ ਕਿਸੀ ਟੋਰਾਂਟੋ ਚੱਲ ਜਾਓ ਅਵੈਂਟਨ ਚੱਲ ਜਾਓ ਤੁਹਾਨੂੰ ਸੜਕਾਂ ਤੇ ਲੰਮੇ ਪਏ ਉੱਥੇ ਲੋਕ ਮਿਲ ਰਹੇ ਆ ਰਾਤ ਨੂੰ ਔਰ ਤੁਹਾਨੂੰ ਡਰ ਲੱਗ ਰਿਹਾ ਉਥੋਂ ਤੇ ਜਿਹੜਾ ਇਦਾ ਕੋਈ ਇਹਦਾ ਇਹਦਾ ਜਿਹੜਾ ਸੋਲੂਸ਼ਨ ਜਿਹੜਾ ਕੋਈ ਨਾ ਕੋਈ ਉਹ ਜਿਹੜਾ ਹੋਣਾ ਚਾਹੀਦਾ ਹਾਲਾਂਕਿ ਇਹਦੇ ਬਾਰੇ ਬਹੁਤ ਕੁਝ ਇਹਨਾਂ ਨੇ ਕੀਤਾ ਆ ਜਿਹੜੇ ਅ ਕ੍ਰੋਨਿਕ ਹੋਮਲੈਸਨੈਸ ਨੇ ਉਹ 60% ਤੋਂ ਜ਼ਿਆਦਾ ਜਿਹੜੇ ਹੋਮਲੈਸ ਪੋਪੂਲੇਸ਼ਨ ਦਾ ਹਿੱਸਾ ਦੱਸਿਆ ਜਾ ਰਿਹਾ ਇੱਥੇ ਔਰ ਇਹ ਥੋੜੀ ਗਿਣਤੀ ਨਹੀਂ ਹੈ ਇੱਥੇ ਪੂਰੇ ਕੈਨੇਡਾ ਦੇ ਵਿੱਚ ਜੇ ਮਤਲਬ ਇੱਕ ਵੱਡਾ ਨੰਬਰ ਜਿਹੜਾ ਇਸ ਵਾਲੇ ਸਿਰਦਰਦੀ ਪੈਦਾ ਕਰ ਰਿਹਾ 235000 ਦੇ ਨੇੜੇ ਤੇੜੇ ਤੇ ਦੱਸਦੇ ਇਹ ਹੈਗੇ ਆ ਕਿ 25000 ਤੋਂ ਜਿਹੜੇ 35000 ਲੋਕ ਇੱਕ ਗਿਵਨ ਨਾਈਟ ਦੇ ਉੱਤੇ ਕੈਨੇਡਾ ਦੇ ਵਿੱਚ ਜਿਨ੍ਹਾਂ ਦੇ ਕੋਲ ਘਰ ਨਹੀਂ ਹੁੰਦਾ 25 3000 ਬੰਦਾ ਸੜਕਾਂ ਦੇ ਉੱਤੇ ਸਾਂਦਾ ਹੋਵੇ ਰੋਜ਼ ਪਿਛਲੇ ਸਾਲਾਂ ਦੇ ਵਿੱਚ ਜਾਂ 2005 ਦੇ ਵਿੱਚ ਇਹ ਗਿਣਤੀ ਜਿਹੜੀ ਹੋਰ ਤਰੀਕੇ ਦੀ ਸੀਗੀ ਤੇ ਹੁਣ ਉਹਦੇ ਵਿੱਚ ਤਬਦੀਲੀ ਆ ਰਹੀ ਹੈ ਇੱਥੇ ਵੈਨਕੂਵਰ ਦੇ ਵਿੱਚ ਇੱਕ ਵੱਡੀ ਸਮੱਸਿਆ ਤੇ ਹੁਣ ਜਿਹੜੇ ਇਹਨਾਂ ਨੇ ਲੈਟਰ ਲਿਖੀ ਹੈ ਇੱਕ ਕਿ ਘੱਟੋ-ਘੱਟ ਕੁਛ ਨਾ ਕੁਛ ਇਹਦਾ ਕੀਤਾ ਜਾਵੇ ਇਹਨਾਂ ਨੂੰ ਚੱਕ ਕੇ ਪਰੇ ਨਾ ਸੁੱਟਿਆ ਜਾਵੇ ਇਹਦਾ ਵਿਰੋਧ ਕਰ ਰਹੇ ਪਰ ਨਾਲ ਨਾਲ ਉਹ ਵੀ ਕਹਿ ਰਹੇ ਕਿ ਇਹਨਾਂ ਦਾ ਕੋਈ ਪਰਮਾਨੈਂਟ ਥਾਂ ਟਿਕਾਣਾ ਬਣਨਾ ਚਾਹੀਦਾ ਤੇ ਸਰਕਾਰ ਨੂੰ ਕੋਈ ਹੱਲ ਕਰਨਾ ਚਾਹੀਦਾ ਵੀ ਇਹ ਸਟਰੀਟਸ ਦੇ ਉੱਤੇ ਕਿਉਂ ਆ ਰਹੇ ਸੜਕਾਂ ਦੇ ਉੱਤੇ ਸੌਣ ਲਈ ਮਜਬੂਰ ਕਿਉਂ ਨੇ ਇਹਦਾ ਜਿਹੜਾ ਕੁਛ ਨਾ ਕੁਛ ਕੀਤਾ ਜਾਵੇ ਹਾਲਾਂਕਿ ਜਿਹੜੇ ਬਹੁਤ ਸਾਰੇ ਕੈਨੇਡਾ ਦੇ ਵਿੱਚ ਕਈ ਸ਼ੈਲਟਰਸ ਬੈਡਸ ਹੈਗੇ ਆ ਕੈਨੇਡਾ ਦੇ ਵਿੱਚ ਕਈ ਬਣੇ ਆ ਅਲਬਰਟਾ 'ਚ 38 ਆ ਇੱਥੇ 80 ਦੇ ਕਰੀਬ ਸ਼ੈਲਟਰ ਬੈਡਸ ਨੇ ਬ੍ਰਿਟਿਸ਼ ਕੋਲੰਬੀਆ ਦੇ ਵਿੱਚ 12 ਮੈਨੀਟੋਬਾ 'ਚ ਆ ਨਿਊ ਫਾਉਂਡਲੈਂਡ ਤੇ ਲੈਬਰਾਡੋਰ ਚ 14 ਆ ਜਿਹੜੇ ਨਾਰਥ-ਵੈਸਟ ਟੈਰਟਰੀਜ਼ ਨੇ 3 ਉੱਥੇ ਨੇ ਨੋਵਾ ਸਕੋਸ਼ੀਆ ਚ 11 ਨੇ ਕੰਬੈਕ ਚ 76 ਨੇ ਸਿਸਕਾ ਚ 57 ਨੇ ਹਰ ਥਾਂ ਦੇ ਉੱਤੇ ਹੈਗੇ ਆ ਪਰ ਫੇਰ ਵੀ ਇਹਦਾ ਕੋਈ ਨਾ ਕੋਈ ਪੱਕਾ ਹੱਲ ਜ਼ਰੂਰ ਕਰਨਾ ਚਾਹੀਦਾ ਤਾਂ ਕਿ ਇਹਨਾਂ ਦਾ ਵੀ ਹੱਲ ਹੋ ਜਵੇ ਤੇ ਜਿਹੜੇ ਸ਼ਹਿਰ ਦੇ ਵਿੱਚ ਇੱਕ ਸ਼ਹਿਰ ਦੀ ਖੂਬਸੂਰਤੀ ਨੂੰ ਇੱਕ ਦਾਗ ਆ ਉਹਦੇ ਉੱਤੇ ਇਹਨਾਂ ਦਾ ਹੋਣਾ ਉਹ ਵੀ ਜਿਹੜਾ ਉਹ ਠੀਕ ਠਾਕ ਹੋ ਸਕੇ ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ